ਨਮਸਕਾਰ ਤੇ ਸਤਿ ਸ਼੍ਰੀ ਅਕਾਲ ਵੀਰੋ। ਸਤਿੰਦਰ ਸਰਤਾਜ ਦਾ ਨਵਾਂ ਗੀਤ ਆ ਰਿਹਾ ਜੀ। ਪਹਿਲਾਂ ਤੁਹਾਨੂੰ ਦੱਸਦੀ ਇਹਨਾਂ ਦੀ ਫਿਲਮ ਇੱਕੋ ਮਿੱਕੇ ਹਜੇ ਰਿਲੀਜ਼ ਹੀ ਹੋਈ ਸੀ, ਦੋ ਤਿੰਨ ਦਿਨ ਹੀ ਹੋਏ ਸੀ। ਤੁਹਾਨੂੰ ਪਤਾ ਕਰੋਨਾ ਵਾਇਰਸ ਦੇ ਅਥੰਗ ਕਾਰਨ ਪੂਰੇ ਵਰਲਡ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਵੀ ਚਲਦੇ ਚਲਦੇ ਹੀ ਇਹ ਰੋਕਣੀ ਪਈ, ਕਿਉਂਕਿ ਇਸ ਟਾਈਮ ਸਾਰੇ ਦੁਨੀਆ ਘਰਾਂ ਵਿੱਚ ਲੋਕ ਹੈਗੀ ਹੈ। ਅਤੇ ਹੁਣ ਇਹਨਾਂ ਦਾ ਨਵਾਂ ਗਾਣਾ ਆ ਰਿਹਾ ਜੀ ਜ਼ਫਰਨਾਮਾ। ਇਹ ਗਾਣਾ ਕਦੋਂ ਰਿਲੀਜ਼ ਹੋਣਾ? ਇਹ ਵਿਸਾਖੀ ਨੂੰ ਰਿਲੀਜ਼ ਹੋਣਾ, ਯਾਨੀ ਕਿ 13 ਤਰੀਕ ਨੂੰ ਰਿਲੀਜ਼ ਹੋ ਜਾਣਾ। 13 ਤਰੀਕ 2020 ਦੇ ਚੌਥੇ ਮਹੀਨੇ, ਯਾਨੀ ਕਿ ਇਹੀ ਮਹੀਨੇ ਅਪ੍ਰੈਲ ਦੇ ਮਹੀਨੇ 13/4/2020 ਨੂੰ ਇਹ ਗਾਣਾ ਰਿਲੀਜ਼ ਹੋ ਜਾਣਾ। ਅਤੇ ਅਸੀਂ ਤੁਹਾਡੇ ਵਿੱਚ ਲੈ ਜਾਣਾ ਸਾਡੀ ਇੰਸਟਾਗ੍ਰਾਮ ਆਈਡੀ ਦੇ ਉੱਤੇ, ਤੁਸੀਂ ਇਹ ਗਾਣਾ ਚੈੱਕ ਕਰ ਸਕਦੇ ਹੋ ਉਸ ਟਾਈਮ। ਅਤੇ ਬਾਕੀ ਜੇ ਸਾਡੀ ਵੀਡੀਓ ਚੰਗੀ ਲੱਗ ਜੇ ਤਾਂ ਲਾਈਕ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਕੇ ਚੈਨਲ ਪ੍ਰੈਸ ਬੈਲ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਾ ਵੀਡੀਓ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ ਵੀਰੋ।